ਵਾਸਤੇ ਆਇਆ ਨੀਚੇ ਆ ਬੇਟਾ ਬੇਟਾ ਤੇਰੇ ਵਾਸਤੇ ਆਇਆ ਨੀਚੇ ਆ ਪਹੁੰਚ ਚੁੱਕੀ ਹੈ ਆ ਜਾਓ ਮੈਮ ਆ ਜਾਓ ਇੱਥੇ ਕੁੜੀ ਉਹ ਜੇ ਦੇਖੋ ਲੜਕੀ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਚੰਗਾ ਭਲਾ ਜੰਗ ਮੈਨ ਮੁੰਡਾ ਸੀਗਾ ਉਹਦੇ ਸਾਂਭਣ ਦੇ ਚੱਕਰ ਚੋਂ ਨਗੇਸ਼ ਢੱਗਾ ਮੇਰੀ ਢਿੱਡ ਆ ਮੇਰੇ ਭਰਾ ਦਾ ਮੈਂ ਕੋਈ ਇਦਾਂ ਦਾ ਥੋੜਾ ਮਾੜਾ ਸੋਚੂਗੀ ਉਹਦਾ ਕੱਪੜੇ ਤੁਸੀਂ ਪਹਿਨਾ ਰਹੇ ਉਹਨੇ ਕਿਤਾ ਇੱਕ ਵਿਵਾਹਿਤ ਜੀਵਨ ਜੀਣਾ ਮਾਵਾਂ ਜਿਹੜੀਆਂ ਕਿਤਾ 40-40 ਸਾਲ ਦੇ ਕਿਤਾ ਮੈਂਟਲੀ ਰਿਟਾਇਰਡ ਬੱਚਿਆਂ ਨੂੰ ਸੰਭਾਲਦੀਆਂ ਇਹ ਤੇ ਫੇਰ ਵੀ ਬੱਚਾ ਚੰਗਾ ਭੁਲਾ ਛੋਟੀ ਉਮਰ ਹੈ ਤੁਸੀਂ ਭੈਣ ਭਰਾ ਕੁਛ ਨੀ ਕਰ ਸਕਦੇ ਐਨਜੀਓ ਦੀ ਟੀਮ ਪਹੁੰਚਦੀ ਹੈ ਤਾਂ ਦੇਖੋ ਫਿਰ ਕਿਵੇਂ ਹੰਗਾਮਾ ਹੋਣ ਲੱਗ ਜਾਂਦਾ ਹੈ ਦਰਅਸਲ ਮਾਮਲਾ ਅੰਮ੍ਰਿਤਸਰ ਦੇ ਮੋਹਕਮਪੁਰੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਲੋਕਾਂ ਨੇ ਸ਼ਰਮ ਹਿਲਾ ਦਿੱਤੀ ਹੈ ਦਰਅਸਲ ਇੱਕ ਕੁੜੀ ਜੋ ਕਿ ਹਾਲੇ ਨਾਬਾਲਗ ਸੀ ਉਸ ਦਾ ਧੱਕੇ ਦੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਵਿਆਹ ਵੀ ਉਸ ਦੇ ਭਰਾ ਦੇ ਨਾਲ ਜੋ ਕਿ ਸਰੀਰਕ ਤੌਰ 'ਤੇ ਅਸਮਰਥ ਹੈ ਚੱਲ ਫਿਰ ਨਹੀਂ ਸਕਦਾ ਤਾਂ ਉਸਦੀ ਦੇਖਭਾਲ ਦੇ ਲਈ ਇਸ ਕੁੜੀ ਨੂੰ ਉਸਦੇ ਪੱਲੇ ਬੰਨਿਆ ਜਾ ਰਿਹਾ ਸੀ ਆਓ ਮੌਕੇ 'ਤੇ ਐਨਜੀਓ ਮੈਂਬਰ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਕੀ ਸੂਚਨਾ ਮਿਲੀ ਸੀ ਪੁਲਿਸ ਵੀ ਪਹੁੰਚੀ ਮੌਕੇ 'ਤੇ ਹੰਗਾਮਾ ਹੋਇਆ ਜਿਹੜੀ ਘੋੜੀ ਹੈ ਉਹ ਵੀ ਖੜੀ ਰਹਿ ਗਈ ਅਤੇ ਡੋਲੀ ਵਾਲੀ ਕਾਰ ਵੀ ਜਿਹੜੀ ਸਜੀ ਹੋਈ ਸੀ ਉਹ ਧਰੀ ਦੀ ਧਰੀ ਰਹਿ ਗਈ ਆਓ ਸਾਰੀ ਤਿਆਰੀਆਂ ਜਿਵੇਂ ਧਰੀਆਂ ਰਹਿ ਗਈਆਂ ਜਾਣਦੇ ਹਾਂ ਕਿ ਆਖਿਰਕਾਰ ਕੌਣ ਸੀ ਇਸ ਵਿਆਹ ਪਿੱਛੇ ਕਿਸਦੇ ਵੱਲੋਂ ਇੰਨਾ ਘਿਨਾਉਣਾ ਕੰਮ ਕਰਵਾਇਆ ਜਾ ਰਿਹਾ ਸੀ ਜਾਣਦੇ ਹਾਂ ਲੜਕੀ ਦੀ ਭੂਆ ਨੇ ਹੀ ਉਸਨੂੰ ਪਤਾ ਲੱਗਾ ਹੈ ਕਿ 10 ਮਹੀਨੇ ਹੋ ਗਏ ਰੱਖਿਆ ਆ ਕਿਉਂਕਿ ਉਹਦਾ ਜਿਹੜਾ ਲੜਕਾ ਆ ਲੜਕਾ ਪਾਸ ਆ ਫਿਜ਼ੀਕਲੀ ਅਨਫਿਟ ਹੈਗਾ ਆ ਤੇ ਉਹਦੀ ਪਹਿਲਾਂ ਕੇਅਰ ਕਰਦੀ ਸੀ ਦੇਖਭਾਲ ਕਰਦੀ ਸੀ ਲੜਕਾ ਬੈੱਡ ਤੇ ਹੀ ਹੈ ਤੇ ਹੁਣ ਉਹ ਕਹਿ ਰਹੀ ਕਿ ਅਸੀਂ ਇਹਦੇ ਨਾਲ ਮੈਰਿਜ ਹੀ ਕਰ ਦੇਣੀ ਹੈ ਤੇ ਜਦੋਂ ਸਾਨੂੰ ਪਤਾ ਲੱਗਾ ਤੇ ਆਪਣੇ ਵੁਮੈਨ ਵੈਲਫੇਅਰ ਸੋਸਾਇਟੀ ਦੇ ਪ੍ਰੈਜ਼ੀਡੈਂਟ ਨੇ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਸੇਜ ਆਇਆ ਲੜਕੀ ਦੀ ਉਮਰ ਕਿੰਨੀ ਦੱਸੀ ਹੈ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ ਜੀ ਮਹਿਕਮਪੁਰ ਦਾ ਹੈ ਮੈਨੂੰ ਕੱਲ ਰਾਤੀ ਕਾਲ ਆਈ ਸੀ ਤੇ ਉਹਨਾਂ ਨੇ ਦੱਸਿਆ ਕਿ 14 ਸਾਲ ਦੀ ਲੜਕੀ ਹੈ ਜਿਹਦੇ ਮਾਂ ਪਿਓ ਵੀ ਨਹੀਂ ਹੈਗੇ ਔਰ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਹੈ ਔਰ ਉਹ ਰਿਸ਼ਤੇਦਾਰ ਉਸਦਾ ਵਿਆਹ ਆਪਣੇ ਲੜਕੇ ਨਾਲ ਕਰ ਰਹੀ ਹੈ ਜੋ ਕਿ ਅਪਾਹਿਜ ਹੈ ਕਿ ਉਹ ਆਪਣਾ ਪੋਟੀ ਬਾਥਰੂਮ ਵਗੈਰਾ ਵੀ ਨਹੀਂ ਉਹ ਖੁਦ ਸਾਫ ਉਹ ਲੜਕੀ ਕੋਲ ਹੀ ਕਰਵਾ ਰਹੇ ਆ ਜਦੋਂ ਦੀ ਉਹ ਲੜਕੀ ਸਾਲ ਤੋਂ ਰਹਿ ਰਹੀ ਇਹਨਾਂ ਕੋਲ ਔਰ ਇਹਨਾਂ ਨੇ ਉਹ ਉਸ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰਨ ਦੀ ਅੱਜ ਸਾਜਿਸ਼ ਰਚੀ ਆ ਉਹ ਅੱਜ ਹੀ ਵਿਆਹ ਕਰ ਰਹੇ ਕਿਸੇ ਲੜਕੀ ਦੀ ਕਿੰਨੀ ਉਮਰ ਦੱਸੀ ਹੈ 14 ਸਾਲ ਕਹਿ ਰਹੇ ਆ ਲੜਕੀ ਦੀ ਕਿੰਨੀ ਦੱਸੀ ਹੈ ਲੜਕੀ ਤੋਂ ਪਤਾ ਪਰ ਫਿਰ ਵੀ ਜੋ ਵੀ ਜ਼ਬਰਦਸਤੀ 14 ਸਾਲ ਦੀ ਲੜਕੀ ਦਾ ਵੈਸੇ ਵੀ ਨੀ ਕੋਈ ਕਾਨੂੰਨ ਕਹਿੰਦਾ ਕਿ ਵਿਆਹ ਹੋਏ
ਮੁਆਵਜ਼ਾ ਇਸ ਤਰੀਕੇ ਨਾਲ ਲੈਣਾ ਕਿ ਇੱਕ ਲੜਕੀ ਨੂੰ ਪਰਮਾਨੈਂਟ ਵਿਆਹ ਕਰਕੇ ਤੇ ਉਹਦੀ ਸਾਰੀ ਜ਼ਿੰਦਗੀ ਇਸ ਲੜਕੀ ਦੀ ਉਸ ਲੜਕੇ ਦੀ ਸੇਵਾ ਕਰਦੀ ਰਹੇ। ਬਿਲਕੁਲ, ਪੁਲਿਸ ਵੀ ਆ ਔਰ ਚਾਈਲਡ ਸਪੈਸ਼ਲਿਸਟ ਲੇਡੀ ਮੀਨਾ ਜੀ ਨੂੰ ਵੀ ਮੈਂ ਫੋਨ ਕੀਤਾ ਸੀ, ਸਾਰੇ ਇੱਥੇ ਹਾਜ਼ਰ ਹੋਏ। ਐਸਆਈ ਪੂਰਨ ਸਿੰਘ ਥਾਣਾ ਮੋਹਪੁਰਾ, ਇਹ ਬਾਲ ਵਿਆਹ ਹੋਣ ਡਿਆ ਸੀ, ਐਨਜੀਓ ਆਈ ਹੈ ਉੱਥੋਂ ਆਪਣਾ ਡੀਸੀ ਸਾਹਿਬ ਦਫ਼ਤਰ ਤੋਂ, ਤੇ ਉਹਨਾਂ ਨੇ ਆ ਕੇ ਜੋ ਬਾਲ ਵਿਆਹ ਰੋਕਤਾ ਹੁਣ ਤੇ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ। ਅੱਛਾ, ਕੁੜੀ ਦੀ ਉਮਰ ਕਿੰਨੀ ਸੀ ਇਹਦੇ ਵਿੱਚ? ਉਮਰ, ਕੁੜੀ ਦੀ ਉਮਰ ਕੋਈ 15-16 ਸਾਲ। ਤੇ ਮੁੰਡਾ ਕੀ? ਮੁੰਡਾ 20-30 ਸਾਲ ਦਾ। ਹੈਂਡੀਕੈਪ ਸੀ ਉਹ? ਹੈਂਡੀਕੈਪ ਸੀ, ਬਿਮਾਰ ਆ। ਜਦੋਂ ਤੁਸੀਂ ਪਰਿਵਾਰ ਨੂੰ ਮਿਲ ਗਏ ਘਰ, ਮੰਨਦੇ ਪਏ ਸੀ ਉਹਦੋਂ? ਮੰਨੇ ਪਹਿਲਾਂ ਮੰਨੇ ਸੀ ਜਾਂ ਕਿ ਨਹੀਂ? ਮਾਫੀਨਾਮਾ ਦਿੱਤਾ ਡੀਸੀ ਦਫ਼ਤਰ ਵਾਲੇ।